ਮੇਰੀ ਵਿਅਕਤੀਗਤ ਰਾਏ ਇਹ ਆ ਕਿ ਪਰਿਵਾਰ ਨੂੰ ਬੋਲਣਾ ਛੱਡ ਦੇਣਾ ਚਾਹੀਦਾ। ਅਗਰ ਬਾਈ ਬਲਕੌਰ ਸਿੰਘ ਚੁੱਪ ਕਰਦੇ ਨੇ ਤਾਂ ਸਾਨੂੰ ਇਹ ਪਤਾ ਕਿ ਉਹ ਚੁੱਪ ਉਹੀ ਨਹੀਂ ਕੀਤੇ, ਉਹ ਗੁੱਸੇ 'ਚ ਚੁੱਪ ਕੀਤੇ ਨੇ, ਉਹਨਾਂ ਦੇ ਅੰਦਰ ਬਹੁਤ ਕੁਛ ਅੰਦਰ ਰੂਹ ਫੁੱਟ ਰਹੀ। ਹਾਂ, ਇਸ ਕਰਕੇ ਉਹ ਚੁੱਪ ਆ ਜਿਹੜੀ ਉਹ ਵੱਧ ਚੁਭੂਗੀ ਸਟੇਟ ਨੂੰ। ਜਦੋਂ ਤੁਸੀਂ ਬੋਲ ਪੈਂਦੇ ਹੋ ਤਾਂ ਸਟੇਟ ਨੂੰ ਪਤਾ ਹੁੰਦਾ ਕਿ ਇੰਨਾ ਕੁ ਬੋਲਣਾ ਹੀ ਐਨੇ, ਐਤਵਾਰ ਨੂੰ ਲੋਕ ਆ ਜਾਂਦੇ ਆ, ਉਹਨਾਂ ਮੂਹਰੇ ਬੋਲ ਜਾਂਦਾ, ਉਹ ਚੈਨਲ ਵੀਡੀਓ 'ਚ ਪਾ ਦਿੰਦੇ ਆ, ਬਸ ਆਹੀ ਆ। ਤਾਂ ਜਮਾਂ ਉਸ ਵੇਲੇ ਮੈਨੂੰ ਫੋਨ ਆਇਆ, ਸਤਿ ਸ਼੍ਰੀ ਅਕਾਲ ਬਾਈ, ਸਿੱਧੂ ਬੋਲਦਾ ਮੂਸੇ ਤੋਂ, ਬਾਈ ਮਿਲਣਾ ਸੀ ਤੁਹਾਨੂੰ ਯਾਰ, ਮੈਂ ਤੁਹਾਡਾ ਬਹੁਤ ਫੈਨ ਹਾਂ ਯਾਰ, ਤੁਹਾਡੀ ਫਿਲਮ ਮੈਂ ਬਹੁਤ ਦੇਖਦਾ ਯਾਰ, ਚੋਰਾ 10 ਨੰਬਰੀ ਆ, ਉਹਦੇ ਡਾਇਲੋਗ ਮਤਲਬ ਅਸੀਂ ਮਿਲੇ ਹੀ ਐਂ ਵੀ ਜਿਵੇਂ ਅਸੀਂ ਬਹੁਤ ਚਿਰ ਬਹੁਤ ਚਿਰਦੇ ਸੀ, ਸਾਡਾ ਸੁਭਾਅ ਇੱਕੋ ਜਿਹਾ ਸੀ ਦੋਵਾਂ ਦਾ। ਅਤੇ ਮੈਂ ਉਹਨੂੰ ਕਹਿੰਦਾ ਵੀ ਮੈਂ ਪਹਿਲੀ ਮਿਲਣੀ 'ਚ, ਮੈਂ ਕਿਹਾ ਯਾਰ ਆਪਾਂ ਫਿਲਮ ਕਰੀਏ ਚਾਹੇ ਨਾ ਕਰੀਏ, ਪਰ ਆਪਣੀ ਆੜੀ ਪੱਕੀ ਹੈ, ਹੈ ਨਾ, ਅਸੀਂ ਐਂ ਹੱਸਣ ਲੱਗ ਗਏ। ਮੈਂ ਮੂਸੇ ਨਹੀਂ ਗਿਆ, ਮੈਂ ਬਲਕੌਰ ਸਿੰਘ ਨੂੰ ਨਹੀਂ ਮਿਲਿਆ ਕਦੇ ਵੀ, ਮੇਰੀ ਹਿੰਮਤ ਹੀ ਨਹੀਂ ਪੈਂਦੀ ਮੈਥੋਂ। ਅਸੀਂ ਉਹਨੂੰ ਬਹੁਤ ਪਿਆਰ ਕਰਦੇ ਹਾਂ ਸਿੱਧੂ ਨੂੰ, ਪਰ ਮੈਂ ਜਾ ਨਹੀਂ ਸਕਿਆ। ਲੋਕ ਤਾਂ ਸਪੈਸ਼ਲੀ ਜਾਂਦੇ ਨੇ, ਸਟਾਰ ਬੰਦੇ ਦੇਖਿਆ ਮੈਂ, ਸਪੈਸ਼ਲੀ ਜਾਂਦੇ ਆ, ਸੈਲਫੀਆਂ ਖਿੱਚਦੇ ਆ, ਜੱਫੀਆਂ ਪਾਉਂਦੇ ਆ, ਉਹਦੀ ਬਾਈ ਨਾਲ, ਬੀਬੀ ਚਰਨ ਕੌਰ ਨਾਲ, ਫਿਰ ਫੋਟੋਆਂ ਪੋਸਟ ਕਰਦੇ ਆ, ਆਪਾਂ ਤਾਂ ਨਹੀਂ ਐਂ ਕਰ ਸਕਦੇ ਆ। ਜਿਹੜਾ ਆਪਾਂ ਫੋਟੋ ਪਾਤਾ ਉਹਨੂੰ ਮੰਨ ਲੈਂਦੇ ਆ ਵੀ ਇਹ ਸਿੱਧੂ ਦਾ ਹਮਾਇਤੀ ਹੈ, ਇਹਨੂੰ ਦੁੱਖ ਆ, ਇਹ ਅਫਸੋਸ ਕਰਿਆ ਜੀ ਫਲਾਣੇ ਪਹਿਲਾਂ ਨਾਲ ਫੋਟੋਆਂ ਪਾਉਂਦੇ ਰਹੇ ਸੀ, ਹੁਣ ਦੁੱਖ ਸਾਂਝਾ ਕਰਨ ਵੀ ਨਹੀਂ ਗਏ ਉਹ। ਪਰ ਇੱਕ ਗੱਲ ਹੋਰ ਵੀ ਆ, ਜਦੋਂ ਬਾਅਦ 'ਚ ਵੀ ਤਾਂ ਉਹਨਾਂ ਦਾ ਪਤਾ ਲੱਗ ਜਾਂਦਾ ਨਾ, ਉਹ ਕਿਸੇ ਪਾਰਟੀ 'ਚ ਗਾਈ ਜਾਂਦੇ ਆ, ਕਿਸੇ 'ਚ ਕੁਛ ਕਰੀ ਜਾਂਦੇ ਆ, ਕਿਸੇ ਹੋਰ ਰਾਜਨੀਤਿਕ ਦਲ ਦੀ ਸਟੇਜ 'ਤੇ ਖੜ੍ਹੇ ਆ, ਸਿੰਗਰ ਉਹਨਾਂ ਦਾ ਕਿੱਡਾ ਕੁ ਸਟੈਂਡ ਆ ਇਹ ਪਤਾ ਲੱਗਦਾ ਨਾ ਸ਼ਰੇਆਮ। ਅਸੀਂ ਮੂਸੇ ਵਾਲੇ ਦੇ ਉਹਨਾਂ ਗੀਤਾਂ ਨੂੰ ਭੁੱਲ ਗਏ ਜਿਹੜੇ ਗੀਤ ਆਮ ਲੋਕਾਂ ਨੂੰ ਚੰਗੇ ਨਹੀਂ ਸੀ ਲੱਗਦੇ, ਅਸੀਂ ਉਹੀ ਗੀਤ ਯਾਦ ਰੱਖ ਰਹੇ ਹਾਂ ਜਿਹੜੇ ਸਭ ਨੂੰ ਚੰਗੇ ਲੱਗੇ ਸੀ, ਜਿਵੇਂ ਉਹ SYL ਹੋ ਗਿਆ ਜਾਂ ਉਹ 295 ਹੋ ਗਿਆ। ਤੁਸੀਂ ਦੇਖੋ ਨਾ, ਇਹ ਸੁਚੇਤ ਰੂਪ 'ਚ ਅਸੀਂ ਕਰ ਰਹੇ ਹਾਂ, ਅਸੀਂ ਚੰਗੀਆਂ ਚੰਗੀਆਂ ਚੀਜ਼ਾਂ ਚੁਣ ਰਹੇ ਹਾਂ, ਹੈ ਨਾ। ਇਹ ਜਿਹੜਾ ਟਾਈਮ ਆ, ਤੁਸੀਂ ਇੱਕ ਹੋਰ ਨੋਟ ਕੀਤੀ ਹੋਣੀ ਆ ਗੱਲ ਕਿ ਮੂਸੇ ਵਾਲੇ ਤੋਂ ਜਾਣ ਤੋਂ ਬਾਅਦ ਕੋਈ ਵੀ ਗਾਇਕ ਹਿੱਟ ਨਹੀਂ ਹੋਇਆ, ਹੋਰ ਕੋਈ ਗਾਇਕ, ਨਵਾਂ ਗਾਇਕ ਨਹੀਂ ਹਿੱਟ ਆਇਆ, ਹੈ ਨਾ। ਇੱਕ ਅੱਧੀ ਕੋਈ ਜਿਵੇਂ ਅਰਜਨ ਢਿੱਲੋਂ ਆ, ਹੈ ਨਾ, ਜਾਂ ਹੁਸਤਿੰਦਰ ਆ, ਕੁਛ ਛੋਟੇ ਮੋਟੇ ਲੈਵਲ 'ਤੇ ਬੰਦੇ, ਹੈ ਨਾ, ਮੁੰਡੇ ਚੱਲੇ ਨੇ ਜਿਹੜੇ ਮਤਲਬ ਘੱਟ ਗਿਣਤੀ 'ਚ ਨੇ ਇਹ, ਕਿਉਂਕਿ ਉਹਨੇ ਇੱਕ ਸਾਨੂੰ ਜਿਹਨੂੰ ਕਹਿੰਦੇ ਹੁੰਦੇ ਆ ਵੀ ਪਥਰਾ ਗਏ, ਸਾਰੀ ਪੀੜ੍ਹੀ ਪਥਰਾ ਗਈ ਜਦੋਂ ਗਿਆ ਕੀ ਹੋ ਗਿਆ, ਉਹਦੀ ਮੌਤ ਇੰਨਾ ਵੱਡਾ ਸਦਮਾ ਸੀ। ਹੁਣ ਅਸੀਂ ਉਸੇ ਦੇ ਗੀਤ ਹੀ ਸੁਣ ਰਹੇ ਹਾਂ ਹਾਲੇ ਤੱਕ ਵੀ, ਬਹੁਤ ਟਾਈਮ, ਤੁਹਾਨੂੰ ਪਤਾ ਉਹਦੇ ਜਾਣ ਤੋਂ ਬਾਅਦ ਫਿਲਮਾਂ ਨਹੀਂ ਚੱਲੀਆਂ ਪੰਜਾਬੀ, ਹਾਂਜੀ, ਗੀਤ ਨਹੀਂ ਚੱਲੇ, ਨਵਾਂ ਗਾਇਕ ਨਹੀਂ ਆਇਆ, ਹੈ ਨਾ, ਉੱਥੇ ਹੀ ਸੁਰਤ ਦੀ ਸੂਈ ਖੜ ਗਈ, ਉਹ ਸੁਰਤ ਸਾਰੀ ਉੱਥੇ ਖੜ ਗਈ ਕਿ ਯਾਰ ਆਹ ਕੀ ਹੋ ਗਿਆ। ਫਿਰ ਉਹੀ ਟਾਈਮ ਸੀ, ਦੀਪ ਸਿੱਧੂ ਵੀ ਉਸੇ ਟਾਈਮ 'ਚ ਗਿਆ, ਦੀਪ ਦਾ ਬਹੁਤ ਵੱਡਾ ਪ੍ਰਭਾਵ ਸੀ, ਹਾਂਜੀ, ਹੈ ਨਾ, ਰਾਜਨੀਤਿਕ ਤੌਰ 'ਤੇ, ਪੰਥਕ ਤੌਰ 'ਤੇ ਦੀਪ ਦਾ ਜਾਣਾ, ਫਿਰ ਉਹ ਸੰਦੀਪ ਨੰਗਲ ਅੰਬੀਆਂ ਦਾ ਜਾਣਾ, ਫਿਰ ਮੂਸੇ ਵਾਲੇ ਦਾ ਜਾਣਾ, ਬਹੁਤ ਸਾਰੇ ਇੱਦਾਂ ਦੇ ਯੰਗ ਜਿਹੜੇ ਸੀਗੇ ਆਈਕਨ
ਉਹ ਚਲੇ ਜਾਣ ਆ ਜਿਹੜੇ, ਉਹ ਸਾਡੇ ਨੌਜਵਾਨ ਪੀੜ੍ਹੀ ਨੂੰ ਨਾ ਹਲੂਣਾ ਦੇ ਗਏ ਆ ਇੱਦਾਂ, ਜਦੋਂ ਆਪਾਂ ਯਾਰ ਕੀ ਕਰੀ ਜਾਂਦੇ ਹੋ ਯਾਰ, ਜਾਗੋ। ਤਾਂ ਮੈਂ ਬਹੁਤ ਅੱਜ ਖੁਸ਼ ਹਾਂ ਇਸ ਗੱਲ ਤੋਂ, ਜਿਹੜੀ ਗੱਲ ਤੁਸੀਂ ਕਹੀ ਹੈ ਨਾ ਉਹ ਹੁਣ ਨਹੀਂ ਗੀ, ਉਹ 2 ਸਾਲ 3 ਸਾਲ ਪਹਿਲਾਂ ਪਿੱਛੇ ਰਹਿ ਗਈ ਗੱਲ, ਹੁਣ ਉਹ ਬਦਤਮੀਜ਼ੀ ਵਾਲੀ ਗੱਲ 'ਚੋਂ ਨਿਕਲ ਆਏ। ਹੁਣ ਤੁਸੀਂ ਦੇਖੋ ਵੀ ਗੀਤ ਵੀ ਜੇ ਕੋਈ ਬਣਾਉਂਦਾ, ਚਾਹੇ ਕੋਈ ਰਣਜੀਤ ਬਾਵਾ ਬਣਾਉਂਦਾ, ਚਾਹੇ ਕੋਈ ਪੰਮਾ ਡੂਮੇ ਵਾਲੇ ਬਣਾਉਂਦਾ, ਕੋਈ ਉਹ ਬੜੇ ਇਤਿਹਾਸਿਕ ਅਤੇ ਉਸ ਤਰ੍ਹਾਂ ਦੇ ਸੰਜੀਦਾ ਸੰਜੀਦਾ ਗੀਤ ਬਣਦੇ ਨੇ। ਇਹ ਬਹੁਤ ਵੱਡੀ ਗੱਲ ਆ। ਤੁਸੀਂ ਵੀ ਸਿੱਧੂ ਮੂਸੇਵਾਲਾ ਸਾਹਿਬ ਨੇ ਇੱਕ ਫਿਲਮ ਕਰ ਰਹੀ ਸੀ? ਹਾਂ, ਸਿੱਧੂ ਦਾ ਮੈਨੂੰ ਫੋਨ ਆਇਆ ਸੀ। ਸਿੱਧੂ ਦਾ ਅਸਲ ਜਦੋਂ ਮੈਨੂੰ ਫੋਨ ਆਇਆ ਨਾ, ਮੈਂ ਬੜਾ ਬੇਚੈਨ ਸੀ, ਬੜਾ ਬੇਆਰਾਮ ਸੀ। ਮੈਂ ਬਹੁਤ ਸਾਰੇ ਪੰਜਾਬੀ ਗਾਇਕਾਂ ਨੂੰ ਫੋਨ ਕੀਤਾ ਅਤੇ ਉਹਨਾਂ ਨੇ ਵਧੀਆ ਰਿਸਪੋਂਸ ਨਹੀਂ ਦਿੱਤਾ। ਉਹਨਾਂ 'ਚ ਉਹ ਬੰਦੇ ਵੀ ਸੀਗੇ ਜਿਹੜੇ ਜਦੋਂ ਮੈਨੂੰ ਮਿਲਦੇ ਆ ਤਾਂ ਮੇਰੇ ਪੈਰੀਂ ਹੱਥ ਲਾਉਂਦੇ ਆ, ਜੇ ਫੋਨ ਕੀਤਾ ਤਾਂ ਫੋਨ ਚੱਕਦੇ ਨਹੀਂ, ਚੱਕਦੇ ਮੈਸੇਜ ਦੇਖ ਲੈਂਦੇ ਆ, ਉਹਦਾ ਜਵਾਬ ਨਹੀਂ ਦਿੰਦੇ। ਤਾਂ ਜਮਾਂ ਉਸ ਵੇਲੇ ਮੈਨੂੰ ਫੋਨ ਆਇਆ, ਸਤਿ ਸ਼੍ਰੀ ਅਕਾਲ ਬਾਈ, ਸਿੱਧੂ ਬੋਲਦਾ ਮੂਸੇ ਤੋਂ। ਮੈਂ ਕਿਹਾ ਠੀਕ ਹੈ ਬਾਈ, ਮਿਲਣਾ ਸੀ ਤੁਹਾਨੂੰ ਯਾਰ, ਮੈਂ ਤੁਹਾਡਾ ਬਹੁਤ ਫੈਨ ਹਾਂ ਯਾਰ, ਤੁਹਾਡੀ ਫਿਲਮ ਮੈਂ ਬਹੁਤ ਦੇਖਦਾ ਯਾਰ, ਜੋਰਾ 10 ਨੰਬਰੀ ਆ, ਉਹਦੇ ਡਾਇਲੋਗ। ਉਸ ਤੋਂ ਅਗਲੇ ਦਿਨ ਹੀ ਮੈਂ ਗਿਆ ਇਹਦੇ ਕੋਲ ਪਿੰਡ, ਉਦੋਂ ਪੁਰਾਣੇ ਘਰ 'ਚ ਹੀ ਸੀਗਾ, ਮਤਲਬ ਅਸੀਂ ਮਿਲੇ ਹੀ ਐਂ ਵੀ ਜਿਵੇਂ ਅਸੀਂ ਬਹੁਤ ਚਿਰ ਜਾਣਦੇ ਸੀ, ਸਾਡਾ ਸੁਭਾਅ ਇੱਕੋ ਜਿਹਾ ਸੀ ਦੋਵਾਂ ਦਾ। ਅਤੇ ਮੈਂ ਉਹਨੂੰ ਕਹਿੰਦਾ ਵੀ ਮੈਂ ਪਹਿਲੀ ਮਿਲਣੀ 'ਚ, ਮੈਂ ਕਿਹਾ ਯਾਰ ਆਪਾਂ ਫਿਲਮ ਕਰੀਏ ਚਾਹੇ ਨਾ ਕਰੀਏ, ਪਰ ਆਪਣੀ ਆੜੀ ਪੱਕੀ ਹੈ, ਹੈ ਨਾ, ਅਸੀਂ ਐਂ ਹੱਸਣ ਲੱਗ ਗਏ। ਅਤੇ ਉਦੋਂ ਬਾਅਦ ਇਹ ਚਲਾ ਗਿਆ ਕਨੇਡਾ, ਕਨੇਡਾ ਤੋਂ ਵਾਪਸ ਆਇਆ, ਫਿਰ ਉਹਨੂੰ ਯਾਦ ਸੀ ਬਾਈ ਆਪਾਂ ਉਹ ਕਰਨਾ। ਮੈਂ ਇਹਨੂੰ ਇੱਕ ਸਬਜੈਕਟ ਸੁਣਾਇਆ ਸੀ, ਸੱਚਾ ਸਬਜੈਕਟ ਸੀ ਉਹ, ਮਲੋਟ ਕੰਨੀ ਇੱਕ ਪਿੰਡ ਤੋਂ ਇੱਕ ਬੰਦੇ ਦੀ ਕਹਾਣੀ ਸੀਗੀ। ਅਤੇ ਉਹ ਬੰਦਾ ਹੈ ਨਹੀਂ ਹੁਣ ਇਸ ਦੁਨੀਆ ਦੇ ਵਿੱਚ, ਬਾਈ ਸੀਗਾ ਉਹ ਸਾਡਾ। ਫਿਰ ਮੈਂ ਉਹਨਾਂ ਦੇ ਘਰ ਲੈ ਕੇ ਗਿਆ ਇਹਨੂੰ ਵੀ ਆਹ ਕਰੈਕਟਰ ਤੂੰ ਕਰਨਾ, ਹੈ ਨਾ। ਉਦੋਂ ਥੋੜ੍ਹੇ ਚਿਰ ਬਾਅਦ ਫਿਰ ਵੋਟਾਂ ਆ ਗਈਆਂ, ਫਿਰ ਉਹਦਾ ਵੋਟਾਂ 'ਚ ਖੜਾ ਹੋਣਾ ਮੈਨੂੰ ਪਸੰਦ ਨਹੀਂ ਸੀ, ਖਾਸ ਕਰਕੇ ਉਹਦਾ ਕਾਂਗਰਸ ਪਾਰਟੀ ਜੋੜਨਾ ਖੜਾ। ਅਤੇ ਉਦੋਂ ਬਾਅਦ ਫਿਰ ਸਾਡੀ ਮੀਟ ਗੱਲ ਨਹੀਂ ਹੋਈ, ਉਦੋਂ ਬਾਅਦ ਫਿਰ ਇਹ ਘਟਨਾ ਹੀ ਵਾਪਰ ਗਈ। ਪਰ ਉਹ ਕਈ ਉਹਨੇ ਇੰਟਰਵਿਊਆਂ 'ਚ ਦੱਸੀ ਆ, ਇੱਕ ਸੋਨਮ ਬਾਜਵਾ ਨੇ ਇੰਟਰਵਿਊ ਕੀਤੀ ਸੀ, ਉਹਦੇ 'ਚ ਵੀ ਉਹ ਕਹਿੰਦਾ ਵੀ ਜੋਰਾ 10 ਨੰਬਰੀਆ ਦਾ ਡਾਇਲਾਗ ਸੁਣਾਵਾਂ ਤੁਹਾਨੂੰ ਮੈਂ, ਕਾਫੀ ਹੈ ਨਾ। ਉਹ ਉਹਨੇ ਆਪਦੇ ਗੀਤਾਂ 'ਚ ਡਾਇਲੋਗ ਵੀ ਪਾਏ, ਉਹ ਬਰਬੈਰੀ ਕੀ ਵਾਲੇ ਬੈਗ ਵਿੱਚ ਰੌਂਦ ਹੁੰਦੇ ਆ, ਉਹਦੇ 'ਚ ਵੀ ਐਂਡ 'ਤੇ ਦੀਪ ਦੀ ਆਵਾਜ਼ 'ਚ ਉਹ ਰਾਜਨੀਤੀ ਭਾਵੇਂ ਸਾਨੂੰ ਘੱਟ ਆਉਂਦੀ ਹੋਵੇ ਪਰ ਲੜਨਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ, ਉਹ ਪਾਇਆ ਸੀ ਉਹਨੇ। ਉਹ ਵਧੀਆ ਬੰਦਾ ਸੀ, ਘੈਂਟ ਬੰਦਾ ਸੀ ਉਹ। ਆਉਂਦੇ ਮਹੀਨੇ ਤੱਕ ਹੀ ਉਹਦੀ ਦੂਸਰੀ ਬਰਸੀ ਆ ਰਹੀ ਹੈ ਜੀ, ਲੇਕਿਨ ਪਰਿਵਾਰ ਹਲੇ ਵੀ ਇਨਸਾਫ ਲਈ ਭਟਕ ਰਿਹਾ। ਮੇਰੀ ਵਿਅਕਤੀਗਤ ਰਾਏ ਇਹ ਆ ਕਿ ਪਰਿਵਾਰ ਨੂੰ ਬੋਲਣਾ ਛੱਡ ਦੇਣਾ ਚਾਹੀਦਾ, ਹੁਣ ਛੱਡ ਦੇਣਾ ਚਾਹੀਦਾ। ਹਾਂ, ਬੋਲੇ ਨਾ ਹੁਣ ਪਰਿਵਾਰ ਇਹ ਗੱਲ ਨੂੰ ਨਾ, ਕਰੇ ਨਾ ਵਾਰੀ ਵਾਰੀ, ਕਿਉਂਕਿ ਨਾ ਇੱਕ ਗੱਲ ਤੋਂ ਬਾਅਦ ਤੁਹਾਡੀ ਸ਼ਬਦਾਂ ਦੀ ਨਾ ਇੱਜ਼ਤ ਘਟਣ ਲੱਗ ਜਾਂਦੀ ਹੈ। ਜਦੋਂ ਸ਼ਬਦ ਕੋਈ ਸੁਣ ਨਾ ਰਿਹਾ ਹੋਵੇ, ਉਹਨਾਂ 'ਤੇ ਕੋਈ ਫੁੱਲ ਨਾ ਚੜ੍ਹਾ ਰਿਹਾ ਹੋਵੇ, ਤਾਂ ਮੈਨੂੰ ਲੱਗਦਾ ਤੁਹਾਡਾ ਚੁੱਪ ਹੋਣਾ ਜਿਹੜਾ ਉਹ ਵੱਧ ਰੋਹ ਨੂੰ ਤੁਹਾਡੇ ਨੂੰ ਸਿੱਧ ਕਰਦਾ। ਹੁਣ ਯਾਰ
ਦੋ ਸਾਲ ਹੋ ਗਏ ਜਿਹੜੇ ਲੋਕਾਂ ਨੇ ਨਹੀਂ ਸੁਣੀ ਤੁਹਾਡੀ ਗੱਲ, ਉਹਨਾਂ ਨੂੰ ਨਾ ਕਰੋ ਨਾ ਗੱਲ ਹੁਣ, ਤੁਸੀਂ ਕਿਉਂ ਉਹਨਾਂ ਸ਼ਬਦਾਂ ਦੀ ਜਿਹੜੀ ਆ ਉਹ ਇੱਜ਼ਤ ਕਟਵਾਉਂਦੇ ਹੋ? ਤੁਸੀਂ ਚੁੱਪ ਰਹੋ। ਔਰ ਪਤਾ ਇਹ ਸਭ ਨੂੰ, ਅਗਰ ਬਾਈ ਬਲਕੌਰ ਸਿੰਘ ਚੁੱਪ ਕਰਦੇ ਨੇ ਤਾਂ ਸਾਨੂੰ ਇਹ ਪਤਾ ਕਿ ਉਹ ਚੁੱਪ ਉਈ ਨਹੀਂ ਕੀਤੇ, ਉਹ ਗੁੱਸੇ 'ਚ ਚੁੱਪ ਕੀਤੇ ਨੇ, ਉਹਨਾਂ ਦੇ ਅੰਦਰ ਬਹੁਤ ਕੁਛ ਅੰਦਰ ਰੂਹ ਫੁੱਟ ਰਹੀ। ਹਾਂ, ਇਸ ਕਰਕੇ ਉਹ ਚੁੱਪ ਆ ਜਿਹੜੀ ਉਹ ਵੱਧ ਚੁਭੂਗੀ ਸਟੇਟ ਨੂੰ। ਬਿਲਕੁਲ, ਕਿਉਂਕਿ ਉਦੋਂ ਚੁੱਪ ਤਾਂ ਹੁੰਦਾ ਯਾਰ ਪਤਾ ਨਹੀਂ ਕੀ ਕਰੂਗਾ ਬੰਦਾ ਇਹ, ਹੈ ਨਾ। ਜਦੋਂ ਤੁਸੀਂ ਬੋਲ ਪੈਂਦੇ ਹੋ ਤਾਂ ਸਟੇਟ ਨੂੰ ਪਤਾ ਹੁੰਦਾ ਕਿ ਇੰਨਾ ਕੁ ਬੋਲਣਾ ਹੀ ਹੈ ਇਹਨੇ, ਐਤਵਾਰ ਨੂੰ ਲੋਕ ਆ ਜਾਂਦੇ ਆ, ਉਹਨਾਂ ਮੂਹਰੇ ਬੋਲ ਜਾਂਦਾ, ਉਹ ਚੈਨਲ ਵੀਡੀਓ ਜੇ ਪਾ ਦਿੰਦੇ ਆ, ਬਸ ਆਹੀ ਆ। ਤੁਹਾਨੂੰ ਸਮਝ ਆ ਜਾਂਦੀ ਹੈ ਨਾ ਲੋਕਾਂ ਨੂੰ, ਤੁਹਾਨੂੰ ਤੁਹਾਡੀ ਮਾਨਤਾ ਘੱਟ ਜਾਂਦੀ ਆ ਉਦੋਂ ਜਦੋਂ ਤੁਸੀਂ ਚੁੱਪ ਕਰਕੇ ਰਹਿੰਦੇ ਹੋ ਕਿ ਪਤਾ ਨਹੀਂ ਯਾਰ ਕੀ ਆ। ਯਾਰ ਇੱਕ ਦਿਨ ਉਹ ਅਨਾਊਂਸ ਕਰ ਦੇਣ ਕਿ ਅੱਜ ਤੋਂ ਬਾਅਦ ਮੈਂ ਇਹ ਗੱਲ ਨਹੀਂ ਕਰਦਾ, ਮੇਰਾ ਪਰਮਾਤਮਾ ਜਿੱਥੇ ਕਿਤੇ ਹੈਗਾ ਆਪੇ ਇਨਸਾਫ ਕਰੂਗਾ, ਚੁੱਪ ਕਰ ਜਾਣ ਬਸ। ਹੁਣ ਤਾਂ ਨਾਲੇ ਚਲੋ ਪਰਮਾਤਮਾ ਦੀ ਮਿਹਰ ਹੋਈ ਆ ਉਹਨਾਂ ਦੇ ਘਰੇ, ਦੂਜਾ ਸਿੱਧੂ ਆਇਆ, ਬੱਚਾ ਆਇਆ, ਉਹਦੀ ਉਮਰ ਵੱਡੀ ਹੋਵੇ, ਉਹਦੀ ਤੰਦਰੁਸਤੀ ਬਖਸ਼ੇ ਪਰਮਾਤਮਾ ਉਹਨਾਂ ਨੂੰ। ਗੱਲ ਬਹੁਤ ਵੱਡੀ ਆ, ਸਕਾ ਮਤਲਬ ਆਪਦਾ ਪੁੱਤ ਇੱਕੋ ਇੱਕ ਐਂ ਜਾਣਾ ਕਿਤੇ ਬਰਦਾਸ਼ਤ ਕਰਨਾ ਥੋੜ੍ਹੀ ਕਾਲਜਾ ਪਾੜਦਾ ਜੀ ਇਹ ਜੀ। ਨਾ ਨਾ ਜੀ, ਅਸੀਂ ਨਹੀਂ ਅੱਜ ਤੱਕ ਨਹੀਂ ਸੋਚ ਸਕਦੇ। ਮੈਂ ਅੱਜ ਤੱਕ ਨਹੀਂ ਗਿਆ, ਪਤਾ ਤੁਹਾਨੂੰ, ਮੈਂ ਮੂਸੇ ਨਹੀਂ ਗਿਆ, ਮੈਂ ਬਲਕੌਰ ਸਿੰਘ ਨੂੰ ਨਹੀਂ ਮਿਲਿਆ ਕਦੇ ਵੀ, ਮੇਰੀ ਹਿੰਮਤ ਹੀ ਨਹੀਂ ਪੈਂਦੀ ਮੈਥੋਂ। ਅਸੀਂ ਉਹਨੂੰ ਬਹੁਤ ਪਿਆਰ ਕਰਦੇ ਹਾਂ ਸਿੱਧੂ ਨੂੰ, ਪਰ ਮੈਂ ਜਾ ਨਹੀਂ ਸਕਿਆ। ਲੋਕ ਪਤਾ ਨਹੀਂ ਕਿਵੇਂ ਜਾ ਕੇ ਫੋਟੋਆਂ ਖਿਚਾ ਕੇ ਆ ਜਾਂਦੇ ਆ, ਹੈਰਾਨ। ਮੇਰੀ ਤਾਂ ਹਿੰਮਤ ਨਹੀਂ ਪੈਂਦੀ ਵੀਰੇ, ਲੋਕ ਤਾਂ ਸਪੈਸ਼ਲੀ ਜਾਂਦੇ ਨੇ, ਸਟਾਰ ਬੰਦੇ ਦੇਖਿਆ ਮੈਂ, ਸਪੈਸ਼ਲੀ ਜਾਂਦੇ ਆ, ਸੈਲਫੀਆਂ ਖਿੱਚਦੇ ਆ, ਜੱਫੀਆਂ ਪਾਉਂਦੇ ਆ, ਉਹਦੀ ਬਾਈ ਨਾਲ, ਬੀਬੀ ਚਰਨ ਕੌਰ ਨਾਲ, ਫਿਰ ਫੋਟੋਆਂ ਪੋਸਟ ਕਰਦੇ ਆ। ਆਪਾਂ ਤਾਂ ਨਹੀਂ ਐਂ ਕਰ ਸਕਦੇ ਯਾਰ, ਹੈਰਾਨੀ ਹੁੰਦੀ ਹੈ ਨਾ, ਕਿਸੇ ਦੀ ਮੌਤ ਤੋਂ ਵੀ ਪ੍ਰਸਿੱਧੀ ਖੱਟ ਲੈਣੀ, ਦੇਖ ਲਓ ਕਮਾਲ ਹੈ, ਕਿੱਡੀ ਬੇਸ਼ਰਮੀ ਚਾਹੀਦੀ ਹੈ ਬੰਦੇ ਦੇ ਵਿੱਚ ਇਹੋ ਜਿਹੀ ਚੀਜ਼ਾਂ ਨੂੰ ਕੈਸ਼ ਕਰਨ ਲਈ। ਹਾਂ, ਅਸਲ 'ਚ ਦੁੱਖ ਨਹੀਂ ਨਾ, ਜਿਹਨੂੰ ਦੁੱਖ ਆ ਯਾਰ ਉਹ ਕਿੱਥੇ ਕਿੱਥੇ ਫੋਟੋਆਂ, ਯਾਰ ਕਿਵੇਂ ਯਾਦ ਰਹਿ ਸਕਦੀਆਂ ਤੁਹਾਡੇ ਫੋਟੋਆਂ। ਮੈਂ ਗਿਆ ਸੀ ਜਿਸ ਟਾਈਮ ਉਹਦੇ ਘਰੇ, ਅਤੇ ਉਸ ਵੇਲੇ ਦੀ ਮੇਰੇ ਕੋਲ ਫੋਟੋ ਹੈਗੀ, ਕਿਉਂਕਿ ਉਸ ਟਾਈਮ ਸਿੱਧੂ ਜਿਉਂਦਾ ਸੀ, ਜਿਉਂਦਾ ਸੀ, ਪਰ ਮੈਂ ਬਾਅਦ 'ਚ ਜਾਂਦਾ, ਉਦੋਂ ਥੋੜ੍ਹੀ ਮੈਂ ਫੋਟੋ ਖਿੱਚ ਸਕਦਾ ਜਾਂ ਖਿਚਾ ਸਕਦਾ, ਮੈਥੋਂ ਤਾਂ ਜਾਇਆ ਹੀ ਨਹੀਂ ਗਿਆ। ਉਹੀ ਮਨ 'ਚ ਹੀ ਹੁੰਦਾ ਵੀ ਕਿਵੇਂ ਸਾਹਮਣਾ ਕਰਾਂਗੇ। ਨਾ ਨਾ ਯਾਰ, ਕਿਵੇਂ ਸਾਹਮਣਾ ਕਰਾਂਗੇ, ਕਿਉਂਕਿ ਅਸੀਂ ਤਾਂ ਸੱਚੇ ਹਾਂ ਮਨੋਂ, ਸਾਨੂੰ ਦੁੱਖ ਵੀ ਸੱਚੇ ਮਨੋਂ ਆ ਅੰਦਰੋਂ, ਅਸੀਂ ਐਂ ਨਹੀਂ ਕਰ ਸਕਦੇ। ਪਰ ਕਿਤੇ ਨਾ ਕਿਤੇ ਲੋਕਾਂ 'ਚ ਵੀ ਇਹ ਹੁੰਦਾ ਨਾ ਵੀ ਜਿਹੜਾ ਉਹਦਾ ਫੋਟੋ ਪਾਉਂਦਾ ਉਹਨੂੰ ਮੰਨ ਲੈਂਦੇ ਆ ਵੀ ਇਹ ਸਿੱਧੂ ਦਾ ਹਮਾਇਤੀ ਹੈ, ਇਹਨੂੰ ਦੁੱਖ ਆ, ਇਹ ਅਫਸੋਸ ਕਰਿਆ ਜੀ ਫਲਾਣੇ ਪਹਿਲਾਂ ਨਾਲ ਫੋਟੋਆਂ ਪਾਉਂਦੇ ਰਹੇ ਸੀ, ਹੁਣ ਦੁੱਖ ਸਾਂਝਾ ਕਰਨ ਵੀ ਨਹੀਂ ਗਏ ਉਹ। ਪਰ ਇੱਕ ਗੱਲ ਹੋਰ ਵੀ ਆ, ਜਦੋਂ ਬਾਅਦ 'ਚ ਵੀ ਤਾਂ ਉਹਨਾਂ ਦਾ ਪਤਾ ਲੱਗ ਜਾਂਦਾ ਨਾ, ਉਹ ਕਿਸੇ ਪਾਰਟੀ 'ਚ ਗਾਈ ਜਾਂਦੇ ਆ, ਕਿਸੇ 'ਚ ਕੁਛ ਕਰੀ ਜਾਂਦੇ ਆ, ਕਿਸੇ ਹੋਰ ਰਾਜਨੀਤਿਕ ਦਲ ਦੀ ਸਟੇਜ 'ਤੇ ਖੜ੍ਹੇ ਆ, ਸਿੰਗਰ ਉਹਨਾਂ ਦਾ ਕਿੱਡਾ ਕੁ ਸਟੈਂਡ ਆ ਇਹ ਪਤਾ ਲੱਗਦਾ ਨਾ ਸ਼ਰੇਆਮ।